Sarada fir swagat hai, welcome back and thank you so much for being here, Sharon and Harjab ji. There are people calling, but mainu dhyan nahi aa reha si ki England badi wari sunya hai ki jehde asylum seekers hai unhan nu apan fauji bolde hain. Haan ji, fauji is a very honorable word, not that asylum seekers should not be, but kithon shuru hoi e gal, fauji kithon kehna shuru hoi? India ch ta kehnde hunde ke fauji rab da dooja na. Haan ji, hai na, but sade jo community hai, Punjabi community, assi aksar kai mulkan ch different naams rakhe ho. So Canada vich assi kachyan nu fobs, ਮੈਂ ਸੁਣਿਆ ਫੋਬਸ ਸਾਦੇ, ਫੋਬਸ ਮਤਲਬ ਫਰੈਸ਼ ਆਫ ਦਾ ਬੋਟ, ਰਾਈਟ? ਜਾਂ ਇੰਗਲੈਂਡ ਵਿੱਚ ਪਹਿਲਾਂ ਅਸੀਂ ਫਰੈਸ਼ੀ ਸਾਦੇ ਹੁੰਦੇ ਸੀ. ਸੋ ਹੈਂਸ ਕਈ ਕਲਾਕਾਰਾਂ ਦੇ ਵੀਡੀਓ 'ਚ ਜ਼ਿਕਰ ਆਉਂਦਾ ਹੁੰਦਾ ਕਿ ਫਰੈਸ਼ੀ, ਰਾਈਟ? ਮਤਲਬ ਉਹ ਕੱਚਿਆਂ ਨੂੰ ਰਿਫਰ ਕਰ ਰਿਹਾ, ਜਾਂ ਫੌਜੀ ਕਈ ਦਾ ਹੁੰਦਾ, ਕਿਉਂਕਿ ਉਹਨਾਂ ਦੀ ਲਾਈਫ ਸਟਾਈਲ ਜੋ ਹੈਗੀ ਆ ਇਹ ਸਿਮਿਲਰ, ਕਿ ਉਹ ਸਟਰਗਲ ਕਰ ਰਹੇ ਆ, ਇੱਕ ਲੜਾਈ ਲੜ ਰਹੇ ਆ ਗੌਰਮੈਂਟ ਦੇ ਖਿਲਾਫ ਪੱਕੇ ਹੋਣ ਲਈ, ਐਂਡ ਟਿਕਾਣਾ ਨਹੀਂ, ਸਮਾਨ ਸਾਰਾ ਸੂਟਕੇਸ਼ ਹੁੰਦਾ, ਰਹਿੰਦੇ ਵੀ ਜ਼ਿਆਦਾ ਬੰਦੇ ਇਕੱਠੇ ਹੀ ਆ. ਹਰਜਾਬ ਜੀ, ਦੋ ਗੱਲਾਂ ਨਹੀਂ ਹੈ, ਕੱਚੇ ਹੋਣਾ, ਫਰੈਸ਼ੀ ਹੋਣਾ, ਅਤੇ ਜਿਹੜੇ ਲੀਗਲ ਵੇ ਨਾਲ ਆਏ ਹੈ ਜਿਵੇਂ H1 H4 ਦੇ ਉੱਤੇ, ਆਈ ਡੋਟ ਨੋ ਅਬਾਊਟ ਇੰਗਲੈਂਡ, ਵਰਕ ਪਰਮਿਟ ਹੋਲਡਰਸ, ਵਰਕ ਪਰਮਿਟ ਹੋਲਡਰਸ ਜਾਂ ਹੋਰ ਸਿਬਲਿੰਗ ਗ੍ਰੀਨ ਕਾਰਡਸ ਹੈਗੇ ਹੈ, ਨਵੇਂ ਤਾਂ ਉਹ ਵੀ ਹੈਗੇ ਹੈ, ਬਟ ਲੀਗਲ ਹੈ, ਸੋ ਦੇ ਡਿਫਰੈਂਸ਼ੀਏਟ ਅਬਾਊਟ ਅਨਡਾਕੂਮੈਂਟਡ ਐਂਡ ਡਾਕੂਮੈਂਟਡ. ਯੈਸ, ਅਰੇ ਸਾਡਾ ਫਰਕ ਹੈਗਾ ਆ. ਹਾਂਜੀ, ਸੋ ਜਿਹਨਾਂ ਲੋਕਾਂ ਕੋਲ ਵੀਜ਼ੇ ਹੈਗੇ ਆ, ਪੱਕੇ ਹੈਗੇ ਆ, ਉਹ ਫਰਕ ਜ਼ਰੂਰ ਕਰਦੇ ਕੱਚਿਆਂ ਦੇ ਨਾਲ, ਐਂਡ ਦੇ ਇਸ ਆਪਸ ਵਿੱਚ ਕਮਿਊਨਿਟੀ ਦੇ ਵਿੱਚ ਕਾਫੀ ਤਣਾਅ ਹੋ ਜਾਂਦਾ, ਕਿ ਉਹ ਕਹਿੰਦੇ ਜਿਹੜੇ ਪੁਰਾਣੇ ਆਏ ਹੁੰਦੇ ਉਹ ਕਹਿੰਦੇ ਨਵੇਂ ਆ ਕੇ ਪੁੱਠੇ ਕੰਮ ਕਰਕੇ ਸਾਡਾ ਰੈਪੂਟੇਸ਼ਨ ਖਰਾਬ ਕਰ ਰਿਹਾ, ਨਵੇਂ ਕਹਿੰਦੇ ਕਿ ਜੀ ਭਾਵੇਂ ਅਸੀਂ ਕੱਚੇ ਹਾਂ, ਸਾਨੂੰ ਇਹ ਸਵੀਕਾਰ ਨਹੀਂ ਕਰਦੇ, ਸਾਡੇ 'ਤੇ ਰੋਪ ਪਾਉਂਦੇ ਆ, ਸਾਨੂੰ ਡਿਫਰੈਂਟਲੀ ਟ੍ਰੀਟ ਕਰਦੇ ਆ. ਸੋ ਇਹ ਚੀਜ਼ਾਂ ਜੋ ਸਮਾਜ ਵਿੱਚ ਕਮਿਊਨਿਟੀ ਹੈਗੀਆਂ, ਦਿਟਸ ਅ ਪ੍ਰੋਬਲਮ, ਬਟ ਇਨ ਅ ਲੋਟ ਆਫ ਵਾਈਸ ਵੀ ਹੈਵ ਬਿਗ ਪ੍ਰੋਬਲਮਸ. ਮਤਲਬ ਕਿ ਲੋਕ ਜਦੋਂ ਆਉਂਦੇ ਇੱਥੇ, ਇੰਗਲੈਂਡ ਆਉਂਦੇ ਆ, ਤਾਂ ਇਹੀ ਸੋਚਦੇ ਕਿ ਅਸੀਂ ਜਾਂਦੇ ਨੂੰ ਪੱਕੇ ਹੋਏ ਨਾ, ਪਰ ਪੱਕੇ ਬਹੁਤ ਚਿਰਾਂ ਬਾਅਦ ਕਰਦੇ ਆ, ਐਂਡ ਈਵਨ ਉਹ ਇਹ ਸੋਚਦੇ ਫਿਰ ਦ ਨੈਕਸਟ ਵੇ ਕੀ ਹੁੰਦਾ ਕਿ ਜੀ ਨਿਆਣੇ ਪੈਦਾ ਕਰੋ, ਕੋਈ ਗੱਲ ਨਹੀਂ, ਨਿਆਣੇ ਤਾਂ ਬ੍ਰਿਟਿਸ਼ ਹੋ ਜੂਗੇ, ਪਰ ਸਾਡੇ ਉਹ ਚੀਜ਼ ਨਹੀਂ ਹੁੰਦੀ. ਸਾਡੇ 83 ਤੋਂ ਬਾਅਦ ਜਿਹੜਾ ਬੱਚਾ ਵੀ ਪੈਦਾ ਹੁੰਦਾ ਉਹ ਆਪਣੀ ਮੰਮੀ ਡੈਡੀ ਦੀ ਨੈਸ਼ਨੈਲਿਟੀ ਲੈਂਦਾ. ਸੋ ਜੇ ਦੋ ਕੱਚੇ ਰਲ ਕੇ ਬੱਚਾ ਕਰਨ, ਉਹ ਬੱਚਾ ਵੀ ਕੱਚਾ ਹੁੰਦਾ. ਅੱਛਾ, ਈਵਨ ਇਫ ਹੀ ਇਸ ਬੋਰਨ ਇਨ ਇੰਗਲੈਂਡ, ਹੀ ਇਸ ਨਾਟ ਸਿਟੀਜ਼ਨ ਆਫ. ਸਾਡੀ ਮਿੰਨੀ ਫੌਜ ਵੀ ਹੈਗੀ ਆ. ਹਾਂ, ਬੱਚੇ ਵਿਚਾਰੇ ਛੋਟੇ ਛੋਟੇ, ਉਹਨਾਂ ਦੀ ਕਿਸਮਤ ਮੈਂ ਹਮੇਸ਼ਾ ਕਹਿੰਦਾ ਨਾ ਕਿ ਦੇਖੋ ਮਾਂ ਬਾਪ ਦੀ ਇਰਸਪੋਂਸੀਬਿਲਿਟੀ ਨਹੀਂ ਤਾਂ ਕੀ ਆ, ਉਹ ਬੱਚੇ ਪਿਆਰ ਨਾਲ ਥੋੜ੍ਹੀ ਪੈਦਾ ਹੋਏ, ਉਹ ਤਾਂ ਪੈਦਾ ਹੋਏ ਜੀ ਇਸ ਚੀਜ਼ ਨਾਲ ਕਿ ਸਾਡੇ ਛੋਟੇ ਛੋਟੇ ਵੀਜ਼ੇ ਆ, ਕਿ ਪੱਕੇ ਹੋਊਗੇ ਅਸੀਂ ਥਿੰਕਿੰਗ ਐਸ ਕੇ ਜੀ ਹੋਊਂਗੇ. ਸਾਡੇ ਤਾਂ ਜਦੋਂ ਬੱਚਾ 7 ਸਾਲਾਂ ਦਾ ਹੁੰਦਾ ਤਦ ਬੱਚੇ ਨੂੰ ਕੋਈ ਸਟੇਟਸ ਦਿੰਦੇ ਹੋ, ਤਾਂ ਫਿਰ ਮੰਮੀ ਡੈਡੀ ਨੂੰ ਕੋਈ ਨਾ ਕੋਈ ਸਟੇਟਸ ਦਿੰਦੇ ਆ. ਸੋ ਇਸ ਚੀਜ਼ ਨਾਲ ਪਲੈਨਿੰਗ ਬੱਚੇ ਕੀਤੇ ਜਾਂਦੇ ਕਿ ਕੱਚੇ ਕਰਦੇ, ਕਿ ਹਾਂ ਅਸੀਂ ਬੱਚੇ ਕਰ, ਕਿਉਂਕਿ ਠਹਿਰ ਕੇ ਚੋਰੀ ਰਹਿ ਕੇ ਰਹਿ ਲਾਂਗੇ ਜਦ ਤੱਕ ਉਹ ਬੱਚਾ 7 ਦਾ ਨਹੀਂ ਹੁੰਦਾ, ਜਦ ਤੱਕ ਉਹ ਕੱਚਾ ਹੀ ਰਹਿੰਦਾ ਇਨ ਸਕੂਲ, ਜਾਂ ਬੱਚਾ 7 ਦਾ ਇੰਡੀਆ ਤੋਂ ਵੀ ਆਇਆ ਉਹਨੂੰ ਵੀ 7 ਰਹਿਣਾ ਪੈਂਦਾ. ਸੋ ਦੇਰ ਆਰ ਪੀਪਲ ਗੋਇੰਗ, ਵੀ ਹੈਵ ਥਾਊਜ਼ੰਡਸ ਆਫ ਚਿਲਡਰਨ ਹੂ ਆਰ ਕੱਚੇ. ਇੱਥੇ ਜਿਹੜਾ ਵੀ ਨਿਆਣਾ ਬੋਰਨ ਹੈ ਇਨ ਦ ਯੂਨਾਈਟਿਡ ਸਟੇਟਸ, ਯੂ ਆਰ ਅ ਬੋਰਨ ਸਿਟੀਜ਼ਨ ਜਸਟ ਆਫ ਬੀਇੰਗ ਬੋਰਨ. ਹਾਂਜੀ, ਭਾਵੇਂ ਮੰਮੀ ਡੈਡੀ ਕੱਚੇ ਹੋਣ. ਹਾਂਜੀ, ਜਿੱਦਾਂ ਤੁਸੀਂ ਕਹਿੰਦੇ ਸੀਗੇ ਦੁੱਧ ਮਿਲਣ ਤੋਂ ਪਹਿਲਾਂ ਪਾਸਪੋਰਟ ਆ ਜਾਂਦਾ, ਰਾਈਟ? ਤੁਹਾਡਾ ਤਾਂ ਇੱਥੇ ਸੂਤ ਲੱਗਾ ਫਿਰ, ਤੁਹਾਨੂੰ ਤਾਂ ਅਪਰੀਸ਼ੀਏਟ ਕਰਨਾ ਚਾਹੀਦਾ, ਤੁਹਾਡੇ ਬੱਚੇ ਪੱਕੇ ਆ, ਸਾਡੇ ਤਾਂ ਕੱਚੇ ਹੀ ਫਿਰੀ ਜਾਂਦੇ ਵਿਚਾਰੇ. ਓ ਮਾਈ ਗਾਡ, ਯਾ, ਨੋ ਪਾਸਪੋਰਟ. ਸੋ ਉਹਨਾਂ ਕੋਲ ਇੰਡੀਅਨ ਪਾਸਪੋਰਟ ਵੀ ਨਹੀਂ ਹੁੰਦਾ. ਅੱਛਾ. ਐਂਡ ਉਹਨਾਂ ਕੋਲ ਇੰਗਲਿਸ਼ ਪਾਸਪੋਰਟ ਵੀ ਨਹੀਂ ਹੁੰਦਾ, ਉਹਨਾਂ ਕੋਲ ਕੋਈ ਆਈਡੀ ਨਹੀਂ ਹੁੰਦੀ ਸਿਵਾਏ ਬਰਥ ਸਰਟੀਫਿਕੇਟ ਤੋਂ. ਯੂ ਨੋ ਦੈਟਸ ਸੈਡ, ਕਿ ਯੂ ਨੋ ਅਸੀਂ ਕੀ ਸੋਚ ਰਹੇ ਹਾਂ ਕਿ ਆਪ ਪੱਕੇ. ਇੱਥੇ ਵੀ ਉਹ ਕੇਸਿਸ ਦੇਖੇ ਹੈ ਕਿ ਬੱਚਾ ਤਾਂ ਪੈਦਾ ਕਰ ਰਹੇ ਹੈ ਕਿ ਉਹ ਅਲਟੀਮੇਟਲੀ ਯੂ ਨੋ ਲੌਂਗ ਟਰਮ ਸਾਨੂੰ ਉਹ ਹੋ ਜਾਏਗਾ. ਉਹਨੂੰ ਐਂਕਰ ਬੇਬੀ ਵੀ ਕਹਿੰਦੇ ਆ, ਕਹਿੰਦੇ ਇੱਥੇ ਆ ਕੇ ਗੋਲ ਹੈਗਾ ਕਿ ਬੱਚਾ ਬਣਾਉਣਾ ਹੈ, ਫਿਰ ਤੁਸੀਂ ਵਾਪਸ ਵੀ ਜਾ ਸਕਦੇ ਆ, ਫਿਰ ਬਾਅਦ ਵਿੱਚ ਜਦ ਨਿਆਣਾ ਏਜ ਦਾ ਹੋ ਜਾਂਦਾ ਹੈ. ਬਟ ਦੈਟਸ ਨਾਟ ਨੈਸੈਸਰੀਲੀ, ਕਿ ਮੈਂ ਕਈ ਕੇਸਿਸ ਦੇਖਿਆ ਕਿ ਹਾਂ ਕਿ ਪੇਰੈਂਟਸ ਹਲੇ ਕੱਚੇ ਹੀ ਆ, ਐਂ ਬੱਚੇ ਪੱਕੇ ਆ. ਆਈ ਥਿੰਕ ਥੋੜਾ ਮੇਬੀ ਦੈਟ ਐਡਵਾਈਸ ਇਜ਼ ਰੋਂਗ অর ਮਿਸ ਗਾਈਡੈਂਸ ਇਟਸ ਇਟਸ ਦਾ ਸੋਚ ਹੈ ਆਪਣਿਆਂ ਦੀ, ਹੈ ਨਾ, ਕਿ ਹਾਂਜੀ ਕਿ ਦ ਲੈਂਥਸ ਵੀ ਵਿਲ ਗੋ ਟੂ. ਮਤਲਬ ਕਿ ਬੱਚੇ ਤਾਂ ਇੱਕ ਕੈਟਗਰੀ ਹੋ ਗਈ, ਦੂਜੀ ਕੈਟਗਰੀ ਤੁਸੀਂ ਵਿਆਹ ਦੀ ਦੇਖ ਲਓ, ਕਿ ਲੋਕ ਤਾਂ ਇੱਦਾਂ ਇੰਡੀਆ 'ਚ ਸੋਚਦੇ ਆ ਕਿ ਭਾਜੀ ਮੈਂ ਪੁੱਛਦਾ, ਮੈਂ ਕਿਹਾ ਇੰਗਲੈਂਡ ਜਾ ਕੇ ਕਰੂੰਗੇ ਕੀ, ਭਾਜੀ ਕੋਈ ਗੱਲ ਨਹੀਂ, ਉੱਥੇ ਤਾਂ ਗੋਰੀਆਂ ਬਹੁਤ ਆ, ਮੈਂ ਵਿਆਹ ਕਰ ਲੈਣਾ. ਮੈਂ ਕਿਹਾ ਤੇਰਾ ਇੰਡੀਆ ਵਿਆਹ ਹੁੰਦਾ ਨਹੀਂ, ਤੈਨੂੰ ਸੁਪਨੇ ਆਉਂਦੇ ਗੋਰੀਆਂ ਦੇ. ਮਤਲਬ ਕਿ ਦਿਸ ਇਜ਼ ਦਾ ਐਟੀਟਿਊਡ ਦੇ ਦੇ ਥਿੰਕ ਇੱਥੇ ਆ ਕੇ ਵਿਆਹ ਕਰਨਾ ਬਹੁਤ ਖੇਲ ਆ. ਦੇ ਆਰ ਕੇਸਿਸ ਹੂ ਆਰ ਮੈਰਿਡ ਦੇਅਰ ਐਂਡ ਦੇ ਕਮ ਹੇਅਰ ਐਂਡ ਗੈਟ ਮੈਰਿਡ ਟੂ ਅਨਦਰ ਵਨ ਵਿਦਆਊਟ ਟੈਲਿੰਗ. ਆਲ ਦਾ ਟਾਈਮ, ਆਲ ਦਾ ਟਾਈਮ. ਸੋ ਐਂਡ ਉਹ ਇਦਾਂ ਐਂਡ ਦੇ ਬੋਸਟ ਅਬਾਊਟ ਇਟ. ਵੀ ਹੈਡ ਅ ਕਾਲਰ ਔਨ ਦਾ ਸ਼ੋਅ ਐਂਡ ਹੀ ਵਾਸ ਸੇਇੰਗ ਲਾਈਕ ਮੈਂ
इंडिया भी विआए हैं, मेरी इटालियन गर्लफ्रेंड भी है, मैं कहना करा वो तो इतना पूछ रहे थे द महाराजा हुंदा, मैं क्या दिस इज जस्ट व्हाट्स गोइंग ऑन राइट, लेट्स टेक कपल ऑफ कॉल्स, यू वर सेइंग समथिंग, या शर वी कैन ओके, नो आई वाज गोना से मे बी लेटर ऑन टू सी सानू एक्सप्लेन कर सकदे आ कि जे किसी ने इंडिया तो इंग्लैंड मूव होना या राइट आई मीन सॉरी फ्रॉम अमेरिका जाके इंडिया ब्याह करता या हाउ ਉਹਨੂੰ ਕਿਦਾਂ ਹਾਊ ਕੈਨ ਦੈਟ ਪਰਸਨ ਬ੍ਰਿੰਗ ਥੇਅਰ ਸਪਾਊਸ ਟੂ ਯਾ ਯਾ ਸੋ ਇੰਗਲੈਂਡ ਆਈਲ ਡੂ ਦੈਟ ਨਾਓ ਸਾਡਾ ਤਾਂ ਇਹ ਹੁੰਦਾ ਕਿ ਦੇਖੋ ਜੇ ਤੁਸੀਂ ਇੰਡੀਆ ਵਿਆਹ ਕਰਨਾ ਬੱਚੇ ਦਾ ਜੋ ਬੱਚਾ ਹੈਸ ਟੂ ਬੀ ਵਰਕਿੰਗ ਹੀ ਹੈਸ ਟੂ ਬੀ ਅਰਨਿੰਗ ਅਬਾਊਟ 18,600 ਪਾਉਂਡਸ ਪਿਛਲੇ 6 ਮਹੀਨੇ ਤੋਂ ਕੰਮ ਕਰਦਾ ਹੋਵੇ ਰਹਿਣ ਲਈ ਜਗ੍ਹਾ ਹੋਵੇ ਵਾਈਫ ਨੂੰ ਉੱਥੇ ਇੰਗਲਿਸ਼ ਟੈਸਟ ਕਰਨਾ ਪੈਂਦਾ ਜਾਂ ਹਸਬੈਂਡ ਨੂੰ ਜਿਹਨੇ ਇੰਡੀਆ ਤੋਂ ਆਉਣਾ ਜੀ ਅਤੇ 2.5 ਸਾਲ ਦਾ ਵੀਜ਼ਾ ਮਿਲਦਾ ਦੈਟਸ ਐਕਸਟੈਂਡਿਡ 5 ਸਾਲਾਂ ਬਾਅਦ ਪੱਕੇ ਕਰਦੇ ਉਹਨਾਂ ਨੂੰ So your equivalent of a green card, mm-hmm. they get after 5 years. 5 year testing period hai dekhan layi ki vyah inna da sire chadda ya nahi. So there's like 2 years, it's 2 years. Right. It's 2 years hai? Yeah. Aur Canada vich to mere khayal landing nu ho ho jande hai. Aur tai that's why you get the cases in Canada ke nahi diye din baad bhaj gaye ya bhaj gaya. We've had some tragedies there as well. So yeah, our period is 5 years now. Mm. Let me take a couple of calls which are coming. Hello. ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਮੈਂ ਸਤਵਿੰਦਰ ਸਿੰਘ ਸੁੰਦਰ ਬੋਲਦਾ ਜੀ ਇੱਥੇ ਨਿਊਯਾਰਕ ਤੋਂ ਜੈਕਸਨ ਹਾਈਟ ਤੋਂ ਹਾਂਜੀ ਸਵਾਗਤ ਹੈ ਕੀ ਕਹੋਗੇ ਮੈਂ ਜੀ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਤੁਸੀਂ ਇੰਨੇ ਵਧੀਆ ਲਾਇਰ ਲੈ ਕੇ ਆਏ ਹੋ ਸਾਡੇ ਲਈ ਸਾਡੇ ਫੇਵਰਟ ਲਾਇਰ ਹੈ ਜੀ ਭਾਈ ਹਰਜਾਤ ਸਿੰਘ ਜੀ ਬਹੁਤ ਲਓ ਜੀ ਲਓ ਮੈਨੂੰ ਤਾਂ ਹੈਰਾਨੀ ਆ ਜੀ ਕਿ ਕੋਈ ਅਮਰੀਕਾ 'ਚ ਮੈਨੂੰ ਜਾਣਦਾ ਵੀ ਆ ਹਾਂਜੀ ਇਹਨਾਂ ਦੇ ਅਸੀਂ ਸਾਰੇ ਸ਼ੋਅ ਦੇਖੇ ਜੀ ਇੱਥੇ ਜਿੰਨੇ ਵੀ ਹੁੰਦੇ ਨਾ ਲਾਜ਼ਮੀ ਕੋਈ ਵੀ ਨਹੀਂ ਛੱਡਿਆ ਇਹਨਾਂ ਵਿੱਚੋਂ ਜੈਕਸਨ ਹਾਈਟ ਹੀ ਉੱਥੇ ਹੀ ਮਿਲਾਂਗੇ ਥੈਂਕ ਯੂ ਜੀ ਥੈਂਕ ਯੂ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਹੈਲੋ ਅਰਮਨ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦੀਪ ਸੁੰਦਰ ਬੋਲਦਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਗੁਰਦੀਪ ਜੀ ਦੱਸੋ ਅਰਮਨ ਜੀ ਤੁਸੀਂ ਤਾਂ ਬਹੁਤ ਬਿਲਕੁਲ ਹੀਰਾ ਹੋ ਕੋਈ ਸ਼ੱਕ ਨਹੀਂ ਤੁਹਾਡੇ ਨਾਲ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਪਰ ਹਰਜਾਬ ਤੇ ਸ਼ੈਰਨ ਹਾਂਜੀ 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 ਇਹਨਾਂ ਨੂੰ ਆਪ ਜੀ ਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਪਹਿਲੀ ਵਾਰੀ ਦੇਖਿਆ ਇਹਨਾਂ ਨੂੰ ਤੇ ਪਹਿਲੀ ਵਾਰੀ ਸੁਣ ਰਿਹਾ ਪਰ ਮੈਂ ਇੰਨਾ ਆਕਰਸ਼ਿਤ ਹੋ ਗਿਆ ਇੱਕ ਤਾਂ ਇੱਥੇ ਦੇ ਜੰਪਲ ਤੁਸੀਂ ਦੱਸਿਆ ਪਰ ਇੰਨੀ ਵਧੀਆ ਪੰਜਾਬੀ ਉਹ ਮਾਈ ਗੋਡ ਅਸੀਂ ਸਾਡੇ ਬੱਚੇ ਪੁੱਤੇ ਪੋਤੀਆਂ ਦੋਤੇ ਦੋਤੀਆਂ ਅਸੀਂ ਸਿਖਾਉਂਦੇ ਮਰਦੇ ਹਾਂ ਫਿਰ ਵੀ ਟੁੱਟੀ ਪੁੱਤੀ ਬੋਲਦੇ ਹਾਂ ਇੱਥੇ ਦੇ ਜੰਪਲ ਹੋ ਕੇ ਇੰਨੀ ਵਧੀਆ ਪੰਜਾਬੀ ਬੋਲ ਰਹੇ ਨੇ ਦੋਨੋਂ ਜਾਣੇ ਮਜਬੂਰੀ ਸਿੱਖਣੀ ਪਈ ਜੀ ਕੋਈ ਮੈਂ ਕਹਿਣ ਲੱਗੀ ਸੀ ਗੁਰ ਵੀ ਦੱਸ ਦੋ ਇਹ ਗੁਰ ਇਹ ਆਈ ਕਿ ਮਜਬੂਰੀ ਸਿੱਖਣੀ ਪਈ ਸਾਡੇ ਮੰਮੀ ਡੈਡੀ ਕਹਿੰਦੇ ਅਸੀਂ ਸਿੱਖਣੀ ਨਹੀਂ ਅੱਜ ਤੱਕ ਨਹੀਂ ਸਿੱਖੀ ਸੋ ਸਾਨੂੰ ਸਿੱਖਣੀ ਪਈ ਗੱਲ ਕਰਨ ਵਾਸਤੇ ਜੀ ਜੀ ਕਿਦਾਂ ਵੀ ਸਿੱਖਣੀ ਪਈ ਲੇਕਿਨ ਬਹੁਤ ਵਧੀਆ ਬੋਲਦੇ ਹੋ ਔਰ ਸਾਡੇ ਬੱਚਿਆਂ ਨੂੰ ਇਹ ਸਾਬਕ ਲੈਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਉਹ ਵੀ ਸਿਖਾਉਣ ਤੇ ਕੋਈ ਫਰਕ ਨਹੀਂ ਪੈਣ ਲੱਗਾ ਬੜੇ ਮਾਣ ਵਾਲੀ ਗੱਲ ਹੈ ਬਾਕੀ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਜੋ ਸਮਾਜ ਸੁਧਾਰਕ ਇਹ ਕੰਮ ਕਰ ਰਹੇ ਹੋ ਇਹ ਬਹੁਤ ਵਧੀਆ ਆ ਪਰ ਜੇ ਸਾਡਾ ਕਿਤੇ ਪੰਜਾਬ ਨਸ਼ਿਆਂ ਤੋਂ ਨਿਕਲ ਜਾਏ ਇੱਕ ਵਾਰ ਉਦਾਂ ਦੇ ਗੱਭਰੂ ਦੁਬਾਰਾ ਹੋ ਜਾਣ ਜਿੱਦਾਂ ਆਪਾਂ ਕਬੱਡੀਆਂ ਖੇਡਦੇ ਹੁੰਦੇ ਸੀ ਤਕੜੇ ਜੁੱਸੇ ਸੀ ਉਹ ਹੋ ਜਾਣ ਤਾਂ ਅਸੀਂ ਸਾਰੇ ਪੰਜਾਬ ਨੂੰ ਇੱਥੇ ਲਿਆਉਣ ਲਈ ਤਿਆਰ ਹਾਂ ਵਿਆਹ ਸ਼ਾਦੀ ਕਰਕੇ ਤਾਂ ਕਿ ਪੰਜਾਬ ਉਸ ਮਜਬੂਰੀ ਦੇ ਦੌਰ ਵਿੱਚੋਂ ਨਿਕਲ ਜਾਵੇ ਅਸੀਂ ਜੁੜੇ ਹੋਏ ਹਾਂ ਸਾਡਾ ਦਿਲ ਪੰਜਾਬ ਨਾਲ ਜੁੜਿਆ ਪਰ ਜੇ ਉੱਥੋਂ ਦੇ ਬੱਚੇ ਇੱਕ ਵਾਰ ਜਵਾਨ ਹੋ ਕੇ 10 ਦਿਨ ਦੁਬਾਰਾ ਫਿਰ ਖੜੇ ਹੋ ਜਾਣ ਤਾਂ ਅਸੀਂ ਸਾਰੇ ਹੀ ਜਿੰਨੇ ਵੀ ਇੱਧਰ ਬਾਹਰ ਆ ਸਾਰੇ ਆਪਣੇ ਬੇਟੇ ਬੇਟੀਆਂ ਦੀਆਂ ਮੈਰਿਜ ਉੱਥੇ ਕਰਨੇ ਨੂੰ ਤਿਆਰ ਆ ਥੈਂਕ ਯੂ ਸੋ ਮਚ ਗੁਰਦੀਪ ਜੀ ਬੜੀ ਬੜਾ ਅੱਛਾ ਖਿਆਲ ਐਂਡ ਨੇਕ ਯੂ ਨੋ ਸਾਡੀ ਥੈਂਕ ਯੂ ਸੋ ਮਚ ਦੋਨੋਂ ਬੇਟੇ ਬੇਟੀ ਨੂੰ ਮੈਂ ਤਾਂ ਬੇਟੇ ਬੇਟੀ ਕਹਾਂਗਾ ਮੈਂ ਤਾਂ ਬਜ਼ੁਰਗ ਆ ਪਰ ਮੈਨੂੰ ਮੈਂ ਬਹੁਤ ਪ੍ਰਭਾਵਿਤ ਹੋਇਆ ਇਹਨਾਂ ਦੀਆਂ ਗੱਲਾਂ ਤੋਂ ਔਰ ਮੈਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਜੀ ਥੈਂਕ ਯੂ ਵਧੀਆ ਕੰਮ ਕਰ ਰਿਹਾ ਥੈਂਕ ਯੂ ਫਾਰ ਜੁਆਇਨਿੰਗ ਅਸ ਐਂਡ ਸਹੀ ਕਹਿ ਰਹੇ ਨੇ ਸਾਨੂੰ ਜ਼ਰੂਰ ਇਕੱਠੇ ਹੋ ਕੇ ਨਾ ਕੁਝ ਕਰਨਾ ਪਏਗਾ ਜਿਹੜਾ ਸਾਡਾ ਡਰੱਗਸ ਦਾ ਇਸ਼ੂ ਇੰਨਾ ਹੋਇਆ ਹੋਇਆ ਹੈਲੋ ਹੈਲੋ ਪੈਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਮੈਂ ਪੈਜੀ ਜਗਪਾਲ ਸਿੰਘ ਬੋਲਦਾ ਹਾਂਜੀ ਦੱਸੋ ਭਾਜੀ ਭਾਜੀ ਹੁਣੀ ਜਿਹੜੇ ਇੰਗਲੈਂਡ ਤੋਂ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਖੋ ਭੈਣ ਜੀ ਮੈਂ ਭਾਜੀ ਹੋਣਾਂ ਦੀਆਂ ਗੱਲਾਂ ਸੁਣ ਕੇ ਮੈਂ ਥੋੜੀ ਜਿਹਾ ਡਿਸਪੁਆਇੰਟ ਹੋਇਆ ਇਹਨਾਂ ਦੀਆਂ ਗੱਲਾਂ ਸੁਣ ਕੇ ਕਿਉਂ ਜੀ ਦੱਸੋ ਸਾਡੇ ਪੰਜਾਬ ਦੇ ਵਿੱਚ ਲੋਕ ਬਾਹਰ ਨੇ ਇੰਗਲੈਂਡ ਅਮਰੀਕਾ ਕੈਨੇਡਾ ਨੇ ਜ਼ਿਆਦਾ ਆ ਰਹੇ ਆ ਜੀ ਸਾਡੀਆਂ ਨਾਲ ਦੀਆਂ ਰਾਜਸਥਾਨ ਮਹਾਰਾਸ਼ਟਰ ਉੱਤਰ ਪ੍ਰਦੇਸ਼ ਬਿਹਾਰ ਚ ਲੋਕ ਨਹੀਂ ਆ ਰਹੇ
ਇਸ ਕਰਕੇ ਨਹੀਂ ਆ ਰਿਹਾ ਕਿ ਉਹ ਬਹੁਤ ਅਮੀਰ ਆ ਉਹਨਾਂ ਸਟੇਟਾਂ 'ਚ ਲੋਕ ਜਿਹੜੇ ਪਿੰਡਾਂ 'ਚ ਰਹਿੰਦੇ ਆ। ਭਾਜੀ ਹੁਣਾਂ ਨੂੰ ਮੈਂ ਰਿਕੁਐਸਟ ਕਰੂੰਗਾ ਕਿਤੇ ਜਦੋਂ ਹੁਣ ਇੰਡੀਆ ਗਏ ਰਾਜਸਥਾਨ ਦਾ ਪਿੰਡਾਂ ਦਾ ਗੇੜਾ ਲਾ ਕੇ ਆਇਓ, ਜੇ ਤੁਸੀਂ ਉੱਥੇ ਇੱਕ ਘੰਟਾ ਰਹਿ ਜਾਓਗੇ ਉਹ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ $1,00,000 ਇਨਾਮ ਦਊਂਗਾ। ਨਹੀਂ ਭਾਜੀ ਮੈਂ ਸਮਝ ਗਿਆ, ਮੇਰੀ ਗੱਲ ਸੁਣ ਲਿਓ, ਸੁਣ ਤੁਸੀਂ, ਯੂ ਸ਼ੁੱਡ ਨਾਟ ਮੇਕ ਏ ਜੋਬ ਕੋਫਰ ਅਵਰ ਪੰਜਾਬੀ ਸਿੱਖ ਜੱਟ ਕਮਿਊਨਿਟੀ। ਮੇਰੇ ਗ੍ਰੇਟ ਗ੍ਰੈਂਡਫਾਦਰ ਭਾਜੀ 1890 ਦੇ ਵਿੱਚ ਆਸਟ੍ਰੇਲੀਆ ਗਏ ਸੀ, ਮੇਰੇ ਗ੍ਰੈਂਡਫਾਦਰ 1920 ਬਣ ਕੇ ਅਮਰੀਕਾ ਆਏ, ਮੇਰੀ ਵਾਈਫ ਦੇ 1940 ਤੋਂ ਦੇ ਲਿਵਿੰਗ ਇਨ ਅਮਰੀਕਾ। ਭਾਜੀ ਯੂ ਸ਼ੁੱਡ ਨਾਟ ਮੇਕ ਏ ਜੋਕ, ਇਹ ਜਿਹੜੇ ਅਸੀਂ ਪੰਜਾਬ ਦੇ ਲੋਕ ਆ, ਜੇ ਸਾਡੇ ਗੁਰੂ ਸਾਡੇ ਸਿੱਖ ਧਰਮ ਦੇ ਵਿੱਚ ਨਾ ਜੰਮੇ ਹੁੰਦੇ ਹੈ ਨਾ, ਹੋ ਸਕਦਾ ਅਸੀਂ ਵੀ ਆਪਣੀ ਜ਼ਿੰਦਗੀ ਨਾ ਗਰੀਬੀ ਚ ਰਹਿ ਲਈ, ਉੱਥੇ ਕੰਪਰੋਮਾਈਜ਼ ਕਰ ਲੈਂਦੇ ਪੰਜਾਬ ਦੇ ਵਿੱਚ। ਵੀ ਆਰ ਏ ਸਟਰਗਲਰ, ਵੀ ਲਵ ਟੂ ਡੂ ਸਟਰਗਲ, ਅਸੀਂ ਹਿੰਦੁਸਤਾਨ ਦੇ ਅੰਦਰ ਗਰੀਬੀ ਜੰਮ ਕੇ ਗਰੀਬੀ ਚ ਮਰਨਾ ਨਹੀਂ ਮੰਗਦੇ। ਜਿਹੜੀਆਂ ਲੋਕ ਗੱਲਾਂ ਜਿਹੜੀਆਂ ਤੁਸੀਂ ਗੱਲਾਂ ਲੋਕਾਂ ਨੂੰ ਟੀਚ ਕਰ ਰਹੇ ਆ, ਯੂ ਸ਼ੁੱਡ ਰਿਸਪੈਕਟ ਸਟਰਗਲਰ ਪੀਪਲ, ਇਟ ਡਜ਼ਨਟ ਮੈਟਰ ਹਾਉ ਦੇ ਕਮ ਹਾਉ ਦੇ ਲਿਵ ਹਾਉ ਦੇ ਵਰਕ। ਅਮਰੀਕਾ ਦੇ ਅੰਦਰ ਮੇਰੇ ਗ੍ਰੈਂਡਫਾਦਰ 1920 ਬਣ ਗਏ, ਅੱਜ ਇੱਕ ਗੋਰੇ ਨੇ ਵੀ ਕਦੀ ਉਹਨੇ ਬਹੁਤ ਵਧੀਆ ਵੀਰ ਜੀ, ਅਸੀਂ ਤੁਹਾਡੀ ਗੱਲ ਸਮਝ ਗਏ ਐਂਡ ਬਹੁਤ ਥੈਂਕ ਯੂ ਸੋ ਮਚ ਕਿ ਸਾਨੂੰ ਇਹ ਮੌਕਾ ਦਿੱਤਾ ਤੁਸੀਂ ਕਿ ਐਕਸਪਲੇਨ ਕਰੀਏ ਇਸ ਚੀਜ਼ ਨੂੰ। ਯੂ ਨੋ ਥੈਂਕਸ ਟੂ ਹਿਮ ਕਿ ਇਹ ਗੱਲ ਅਗਰ ਕਿਸੇ ਹੋਰ ਨੂੰ ਵੀ ਲੱਗੀ ਹੋਏ ਕਿ ਵੀ ਆਰ ਨਾਟ ਸੇਇੰਗ ਕਿ ਕਿਹੜੇ ਵੇਲੇ ਕੀ ਆਏ। ਆਈ ਥਿੰਕ ਬ੍ਰੇਕ ਦਾ ਟਾਈਮ ਹੋ ਗਿਆ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਕਮ ਬੈਕ ਐਂਡ ਵੀ ਵਿਲ ਡੈਫੀਨੇਟਲੀ ਇਸ ਦਾ ਜਵਾਬ ਦਿੰਦੇ ਹਾਂ।